ਵੀ ਹੋਈ ਸੀ ਚਮਕੌਰ ਵਿਖੇ। ਲਾਹੌਰ ਦੇ ਕੁਝ ਲੋਕ ਸਨ ਜਿਹੜੇ ਦਿੱਲੀ ਨੂੰ ਜਾ ਰਹੇ ਸਨ, ਉਹਨਾਂ ਨੂੰ ਕਿਸੇ ਨੇ ਸੂਹ ਦਿੱਤੀ ਹੈ ਕਿ ਮੁੱਠੀ ਭਰ ਸਿੱਖਾਂ ਦੇ ਨਾਲ ਗੁਰੂ ਚਮਕੌਰ ਵਿਖੇ ਉਤਾਰਾ ਕੀਤਾ ਹੋਇਆ, ਇਹਨਾਂ ਨੇ ਹਮਲਾ ਕੀਤਾ ਸੀ। ਉਦੋਂ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਸੀ, ਮੈਦਾਨ ਛੱਡ ਕੇ ਭੱਜ ਗਏ ਸਨ ਸੈਦ ਖਾਂ ਵਰਗੇ ਨਵਾਬ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ, ਇਹ ਦੂਜੀ ਲੜਾਈ ਹੈ। ਦੂਜੀ ਵਾਰੀ ਚਮਕੌਰ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਆਏ, ਕਹਿਣ ਲੱਗੇ ਜਦੋਂ ਅੱਠ ਪੋਹ ਦੀ ਸਵੇਰ ਹੋਈ ਹੈ ਨਾ, ਅੱਠ ਪੋਹ ਦੀ ਸਵੇਰ ਦਿਨ ਚੜ੍ਹਿਆ ਹੈ, ਸੂਬਾ ਸਰਹੰਦ ਵਜ਼ੀਰ ਖਾਨ ਵਿਉਂਤ ਬੰਦੀ ਕਰ ਰਹੇ ਹੈ ਕਿ ਚਮਕੌਰ ਤੋਂ ਗੁਰੂ ਬਚ ਕੇ ਨਹੀਂ ਜਾ ਸਕਦਾ, ਕੋਸ਼ਿਸ਼ ਕਰੋ ਇਹਨੂੰ ਜਿੰਦਾ ਪਕੜੋ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ 10 ਲੱਖ ਫੌਜ ਹੈ, ਚਮਕੌਰ ਤੋਂ ਤਾਂ ਚਿੜੀ ਵੀ ਉੱਡ ਕੇ ਨਹੀਂ ਜਾ ਸਕਦੀ, ਗੁਰੂ ਨੂੰ ਜਿਉਂਦੇ ਪਕੜਨਾ ਚਾਹੀਦਾ। ਬੜੇ ਜੋਸ਼ ਵਿੱਚ, ਬੜੇ ਮਾਣ ਵਿੱਚ, ਬੜੀ ਹਿੰਮਤ ਕਰਕੇ ਘੋੜੇ 'ਤੇ ਅਸਵਾਰ ਹੋ ਕੇ ਦਿਲ ਸ਼ੇਰ ਖਾਨ ਅੱਗੇ ਵਧਿਆ ਆਪਣੀ ਫੌਜੀ ਟੁਕੜੀ ਨੂੰ ਲੈ ਕੇ। ਦਿਲ ਸ਼ੇਰ ਖਾਨ ਇਤਿਹਾਸ ਕਹਿੰਦਾ, ਉੱਚੀ ਮਮਟੀ ਤੋਂ ਖਲੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤੀਰ ਛੱਡਿਆ ਸੀ, ਦਿਲ ਸ਼ੇਰ ਖਾਨ ਦੀ ਛਾਤੀ ਵਿੱਚ ਵੱਜਾ ਹੈ, ਘੁੰਮਦਾ ਹੋਇਆ ਘੋੜੇ ਤੋਂ ਥੱਲੇ ਡਿੱਗ ਪਿਆ। ਇਹ ਦਿਲ ਸ਼ੇਰ ਖਾਨ ਦੇ ਘੋੜੇ ਤੋਂ ਡਿੱਗਦਿਆਂ ਸਾਰ ਜਿਹੜੀ ਫੌਜੀ ਟੁਕੜੀ ਹੈ ਨਾ, ਸਾਰੇ ਪਿੱਛੇ ਭੱਜ ਗਏ। ਸੂਬਾ ਸਰਹੰਦ ਵਜ਼ੀਰ ਖਾਨ ਨੂੰ ਬੜਾ ਹੀ ਰੋਹ ਆਇਆ, ਬੜਾ ਹੀ ਗੁੱਸਾ ਆਇਆ। ਕਹਿਣ ਲੱਗਾ, ਤੁਸੀਂ ਤਾਂ ਕਹਿੰਦੇ ਸੀ ਚਮਕੌਰ ਤੋਂ ਚਿੜੀ ਉੱਡ ਕੇ ਨਹੀਂ ਜਾ ਸਕਦੀ, ਅਸੀਂ ਜਿਉਂਦੇ ਹੀ ਗੁਰੂ ਨੂੰ ਪਕੜਾਂਗੇ, ਹੁਣ ਪਿੱਛੇ ਕਿਉਂ ਭੱਜ ਰਹੇ ਹੋ। ਨਾਹਰ ਖਾਨ ਨੂੰ ਗੁੱਸਾ ਆਇਆ ਹੈ, ਨਾਹਰ ਖਾਨ। ਇਹ ਨਾਹਰ ਖਾਨ ਅਤੇ ਗਨੀ ਖਾਨ ਜਿਨ੍ਹਾਂ ਦੀ ਚਮਕੌਰ ਵਿਖੇ ਮੌਤ ਹੋਈ ਹੈ, ਇਹ ਮਲੇਰਕੋਟਲੇ ਦਾ ਜਿਹੜਾ ਨਵਾਬ ਹੈ ਜਿਹਦੇ ਬਾਰੇ ਲਿਖਿਆ ਕਿ ਉਹਨੇ ਹਾਂ ਦਾ ਨਾਰਾ ਮਾਰਿਆ ਸੀ, ਸ਼ੇਰ ਮੁਹੰਮਦ ਦੇ ਦੋ ਭਰਾ ਸਨ, ਨਾਹਰ ਖਾਂ ਅਤੇ ਦੂਜਾ ਭਾਈ ਹੈ ਗਨੀ ਖਾਂ। ਇਹਨਾਂ ਨੂੰ ਜੋਸ਼ ਆਇਆ ਹੈ, ਇਹ ਲੱਕੜ ਦੀ ਪੌੜੀ ਲੈ ਕੇ ਅੱਗੇ ਵਧੇ ਹਨ। ਚਮਕੌਰ ਦੀ ਕੱਚੀ ਗੜੀ ਦੀਆਂ ਵੱਡੀਆਂ ਕੰਧਾਂ ਦੇ ਨਾਲ ਬਹੁਤ ਲੰਬੀ ਲੱਕੜ ਦੀ ਪੌੜੀ ਖੜ੍ਹੀ ਕਰ ਦਿੱਤੀ ਗਈ। ਨਾਹਰ ਖਾਂ ਪੌੜੀ ਦੇ ਡੰਡਿਆਂ 'ਤੇ ਪੈਰ ਰੱਖਦਾ ਰੱਖਦਾ ਹੌਲੀ ਹੌਲੀ ਜਦੋਂ ਆਖਰੀ ਡੰਡੇ 'ਤੇ ਪਹੁੰਚਿਆ ਅਤੇ ਕੰਧ ਦੇ ਉੱਪਰ ਦੀ ਇਹਨੇ ਆਪਣਾ ਸਿਰ ਚੁੱਕਿਆ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤੀਰ ਛੱਡਿਆ ਇਹਦੇ ਮੱਥੇ ਵਿੱਚ ਵੱਜਾ ਸੀ, ਮੱਥਾ ਚੀਰ ਕੇ ਦੋ ਫਾੜ ਕਰ ਦਿੱਤਾ, ਇਹ ਘੁੰਮਦਾ ਹੋਇਆ ਦੀਵਾਰ ਦੇ ਨਾਲ ਡਿੱਗ ਪਿਆ। ਇਹਦੇ ਭਰਾ ਦੀ ਜਦੋਂ ਮੌਤ ਹੋਈ ਹੈ, ਗਨੀ ਖਾਨ ਨੂੰ ਰੋਹ ਆ ਗਿਆ ਕਿ ਹੁਣ ਤਾਂ ਮੌਤ ਦੇ ਮੂੰਹ ਵਿੱਚੋਂ ਭੱਜਣਾ ਇਹ ਤਾਂ ਬੁਜ਼ਦਿਲੀ ਹੈ, ਇਹ ਤਾਂ ਕਾਇਰਤਾ ਹੈ। ਕਹਿੰਦੇ ਹੁਣ ਇਹ ਪੌੜੀ 'ਤੇ ਚੜ੍ਹਿਆ ਹੈ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹਦਾ ਸਿਰ ਗੁਰਜ ਮਾਰ ਕੇ ਫੇਰ ਦਿੱਤਾ ਸੀ, ਗੁਰਜ ਦੇ ਸਿਰ ਵਿੱਚ ਮਾਰੀ, ਇਹਦਾ ਸਿਰ ਫਿਸ ਗਿਆ, ਇਹ ਵੀ ਘੁੰਮਦਾ ਹੋਇਆ ਕੰਧ ਦੀ ਦੀਵਾਰ ਦੇ ਨਾਲ ਡਿੱਗ ਪਿਆ। ਇੱਕ ਤੀਜਾ ਬੰਦਾ ਹੈ ਜਿਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜ਼ਫਰਨਾਮੇ ਦੀ ਚਿੱਠੀ ਵਿੱਚ ਲਿਖਿਆ ਹੈ, ਜਦੋਂ ਦੀਨਾ ਕਾਂਗੜ ਤੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਿੱਠੀ ਲਿਖੀ ਹੈ ਜਿਹਨੂੰ ਜ਼ਫਰਨਾਮਾ ਕਹਿੰਦੇ ਨੇ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੇ ਕੋਲ ਭੇਜੀ ਸੀ, ਭਾਈ ਦਇਆ ਸਿੰਘ ਲੈ ਕੇ ਗਏ ਸਨ ਦੀਨੇ ਤੋਂ। ਇਹਦਾ ਨਾਮ ਸੀ ਮਹਿਮੂਦ ਅਲੀ। ਮਹਿਮੂਦ ਅਲੀ ਨੇ ਜਦੋਂ ਦੇਖਿਆ ਨਾਹਰ ਖਾਂ ਦੀ ਮੌਤ ਹੋ ਗਈ ਹੈ, ਗਨੀ ਖਾਂ ਦਾ ਸਿਰ ਫੇਰ ਦਿੱਤਾ ਹੈ ਗੁਰਜ ਮਾਰ ਕੇ, ਇਹ ਕਿਸੇ ਹਮਲੇ ਤੋਂ ਬਿਨਾਂ ਹੀ ਦੀਵਾਰ ਦੇ ਨਾਲ ਓਹਲੇ ਹੋ ਕੇ ਕੁੱਬੇ ਲੱਕ ਭੱਜਿਆ ਹੈ, ਕੁੱਬੇ ਲੱਕ, ਸਿੱਧਾ ਵੀ ਨਹੀਂ ਭੱਜਿਆ, ਦੀਵਾਰ ਦੇ ਨਾਲ ਨਾਲ ਭੱਜ ਕੇ ਇਹਨੇ ਜਾਨ ਬਚਾਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਸਾਨੂੰ ਬੜਾ ਅਫਸੋਸ ਹੈ
कि इस नूं भी असी एक तीर बख्शिश करना चाहते सर ये तो कायर निकलिया मैदाने जंग विच्चों भज गया कायर उत्ते वार करना यह साडा धर्म नहीं सी असी चाहते तो मगरों की तीर मार के इनू भी मार सकते स पर मैदान विच्चों भज के जा रहा से ये महमूद नहीं है ये तो मरदूद है मरदूद इहदा नाम सी महदूद अली पर गुरु गोबिंद सिंह साहिब महाराज जी ने इस नूं मर्द नहीं मन्निया कहिंदे इह तां कायर सी बुज़दिल सी कहिण लगे जदों इह सारिआं दी मौत होई ना चार पंज मुखी बंदे इहनां दे ते बहुत सारी फौज मारी गई कुछ समा लड़ाई रुक गई फिर इन्होंने सारिया ने इकट्ठे होकर चारे पासे तो धावा बोलिया चमकौर की लड़ाई में पहला दो सिख शहीद होए जिहड़े वड्डे गेट ते खलोते हुए सन गुरु इतिहास ने उहदे विच भाई मदन सिंह ते भाई कोठा सिंह का नाम लिखिया है ये दो सिख पहरे ते बाहर वड्डे दरवाजे कोल खलोते हुए सन सब तो पहला इन्हां दी मौत हुई है जदों देखिया है कि हुण वड्डी गिणती विच चारे पासे तो घेरा पै गया है हुण ते आमो सामने लड़ाई होएगी सब तो पहला जत्था पंज प्यारियां विच्चों भाई हिम्मत सिंह की अगवाई विच निकलिया सी तीन सिख तीन प्यारे शहीद होए ने इस लड़ाई विच लगभग चाली सिखां की शहीदी हुई है चाली सिखां की शहीदी हुई है चमकौर की पवित्र धरती ते जिस विच तीन प्यारे भी शहीद होए ने कल भी बेनती कीती सी भाई हिम्मत सिंह भाई मोहकम सिंह ते भाई साहिब सिंह पंज प्यारियां विच्चों तीन प्यारे चमकौर की लड़ाई विच शहीद हो गए सन भाई दया सिंह ते धर्म सिंह सतगुरु जी दे नाल चमकौर तो माछीवाड़े वाले पासे नूं गए सन तीजा सिंह भाई मान सिंह निकलिया कहिंदे ने गुरु गोबिंद सिंह साहिब महाराज जी कोलों साहिबजादा अजीत सिंह ने आग्या मंगी सी ते भाई दया सिंह ने अगों हो के रोकिया सी कहिण लगा सतगुरु जी साहिबजादियां नूं ते अपने आप नूं बचा लवो असी मरण वास्ते हाँ इस करके साहिबजादियां नूं मैदाने जंग विच ना भेजो वो बड़े कविया ने आपो अपने रंग विच उस वेले दी दास्तान लिखी है किसी ने किवें लिखी है किसी ने निचोड़ यही कढ़िया है कि सतगुरु कहन लगे जे मेरे पुत्र बच गए ते लोगों ने यही कहना है कि गुरु गोबिंद सिंह ने पुत होर समझे ते सिख होर समझे इहदी व्याख्या बाद विच गुरु गोबिंद सिंह साहिब महाराज जी ने साबो की तलवंडी विच कीती सी ना जदों ये बोल आखे सन इन पुत्रन के सीस हित वार दिए सुत चार चार मूवे तो क्या हुआ जीवत कई हजार जां चार बचने सी जां ये हजार बचने सी मैं हजारां नूं पहल दित्ती है चारां नूं पहल नहीं दित्ती जे चार बचाउंदा ते ये हजार नहीं सन बचने इन्हां हजारां नूं बचाउण वास्ते मैं चार वार दित्ते आपां देखदे हां वारने कीते जांदे ने खुशी वेले बच्चियां दे उत्तों वारने कीते जांदे ने जिहड़ी चीज़ कीमती होवे उहदे उत्तों उह चीज़ वारी जांदी है जिहड़ी नाशवान हुंदी है माया नाशवान है इस करके पुत्रां उत्तों वारी जांदी है गुरु गोबिंद सिंह ने पुत्र वारे हन ते सिख बचाए हन पुत्र वार दिते पर सिखां नूं बचा लिया सी कहिंदे ने बड़ी दलेरी दे नाल साहिबजादा अजीत सिंह जूझदे रहे पहला नेजे नाल लड़दे रहे तीरां दे नाल लड़दे रहे घोड़ा जख्मी हो गया ते पैदल ही चल के मैदाने जंग विच तलवार दे नाल जूझदे रहे जदों तलवार भी टुट गई लोहे ते लोहा वजदे आ तीर भी मुक गए
ਸ਼ਸਤਰ ਸਾਰੇ ਖਤਮ ਹੋ ਗਏ, ਸਾਹਿਬਜ਼ਾਦਾ ਨਿਹੱਥਾ ਹੋ ਗਿਆ ਸੀ। ਤਲਵਾਰ ਟੁੱਟ ਕੇ ਅੱਧੀ ਧਰਤੀ 'ਤੇ ਡਿੱਗ ਪਈ, ਅੱਧੀ ਤਲਵਾਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਹੱਥ ਵਿੱਚ ਰਹਿ ਗਈ ਸੀ। ਤੀਰ ਪਹਿਲਾਂ ਮੁੱਕ ਗਏ ਸਨ, ਨੇਜੇ ਪਹਿਲਾਂ ਖਤਮ ਹੋ ਗਏ ਸਨ, ਨਿਹੱਥਾ ਰਹਿ ਗਿਆ ਸੀ ਸਾਹਿਬਜ਼ਾਦਾ ਅਜੀਤ ਸਿੰਘ। ਇੱਕ ਪਠਾਨ ਨੇ ਫਿਰ ਪਿਛਲੇ ਪਾਸਿਓਂ ਵਾਰ ਕੀਤਾ ਸੀ, ਪਿੱਠ ਵਿੱਚ ਇੱਕ ਨੇਜਾ ਮਾਰਿਆ ਸੀ। ਜੇ ਸਾਹਿਬਜ਼ਾਦੇ ਦੇ ਕੋਲ ਸ਼ਸਤਰ ਹੁੰਦੇ ਤਾਂ ਅਜੇ ਵੀ ਕੋਈ ਹਿੰਮਤ ਨਹੀਂ ਸੀ ਕਰਦਾ, ਪਰ ਜਦੋਂ ਸ਼ਸਤਰ ਹੀ ਖਤਮ ਹੋ ਗਏ, ਤਲਵਾਰ ਵੀ ਟੁੱਟ ਗਈ, ਤੀਰ ਵੀ ਖਤਮ ਹੋ ਗਏ, ਫਿਰ ਇੱਕ ਦਾ ਹੀਆ ਪਿਆ। ਉਹਨੇ ਵੀ ਪਿਛਲੇ ਬੰਨਿਓਂ ਸਾਹਮਣੇ ਹੋ ਕੇ ਨਹੀਂ, ਪਿਛਲੇ ਬੰਨਿਓਂ ਪਿੱਠ 'ਤੇ ਵਾਰ ਕੀਤਾ ਸੀ ਅਤੇ ਸਾਹਿਬਜ਼ਾਦਾ ਘੋੜੇ ਤੋਂ ਥੱਲੇ ਡਿੱਗ ਪਿਆ ਸੀ। ਇਵੇਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹੀਦੀ ਹੋ ਗਈ। ਦੂਜੇ ਸਾਹਿਬਜ਼ਾਦੇ ਜੁਝਾਰ ਸਿੰਘ ਦੀ ਵਾਰੀ ਆਈ। 7-8 ਸਿੰਘਾਂ ਦਾ ਜਥਾ ਉਹਦੇ ਨਾਲ ਵੀ ਤੋਰਿਆ ਸੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ। ਪਹਿਲੇ ਦਿਨ ਦੀ ਲੜਾਈ ਵਿੱਚ 33 ਸਿੱਖ ਸ਼ਹੀਦ ਹੋਏ ਨੇ। ਗੁਰੂ ਇਤਿਹਾਸ ਕਹਿੰਦਾ ਅਟਕੋ ਸਾਰਾ ਦਿਨ ਲੜਾਈ ਹੁੰਦੀ ਰਹੀ ਹੈ, ਸਾਰਾ ਦਿਨ ਘਮਸਾਨ ਦੀ ਲੜਾਈ ਅਟਕੋ ਨੂੰ ਪੂਰਾ ਦਿਨ ਹੁੰਦੀ ਹੈ। ਪ੍ਰਭਾਤ ਵੇਲੇ ਤੋਂ ਹੀ ਲੜਾਈ ਸ਼ੁਰੂ ਹੋਈ ਸੀ ਅਤੇ ਸੂਰਜ ਡੁੱਬਦਿਆਂ ਤੱਕ ਇਹ ਲੜਾਈ ਹੁੰਦੀ ਰਹੀ ਹੈ ਅਤੇ 33 ਸਿੱਖ ਪਹਿਲੇ ਦਿਨ ਸ਼ਹੀਦ ਹੋਏ ਹਨ। ਇਹਦਾ ਮਤਲਬ ਇਹੀ ਹੈ ਕਿ ਸਿੱਖ ਇਕੱਲਾ ਇਕੱਲਾ ਕਈ ਕਈ ਘੰਟੇ ਜੂਝਦਾ ਰਿਹਾ ਹੋਏਗਾ। 33 ਸਿੱਖ ਬਹੁਤ ਥੋੜ੍ਹੇ ਹੁੰਦੇ ਨੇ ਅਤੇ ਉਹ ਵੀ ਸਾਰਾ ਦਿਨ ਲੜਦੇ ਰਹਿਣ। ਇਹਦਾ ਅਰਥ ਇਹੀ ਬਣੇਗਾ, ਸਿੱਖਾਂ ਵਿੱਚ ਜੋਸ਼ ਬੜਾ ਸੀ, ਜਜ਼ਬਾ ਬੜਾ ਸੀ। ਅੱਲਾ ਯਾਰ ਖਾਂ ਜੋਗੀ ਨੇ ਜਿਹੜੀ ਗੱਲ ਲਿਖੀ ਹੈ ਨਾ, ਉਹ ਕਹਿੰਦਾ ਕੁਰਕਸ਼ੇਤਰ ਦੀ ਲੜਾਈ ਵਿੱਚ ਲੜਾਇਆ ਸ਼ਾਮ ਨੇ ਸ਼ਿਸ਼ਿਓਂ ਕੋ ਗੀਤਾ ਸੁਣਾ ਕਰ। ਭਗਵਾਨ ਕ੍ਰਿਸ਼ਨ ਨੇ ਅਰਜਨ ਵਰਗਿਆਂ ਨੂੰ ਗੀਤਾ ਦਾ ਪਾਠ ਸੁਣਾ ਕੇ ਉਹਨਾਂ ਨੂੰ ਲੜਾਇਆ ਸੀ। ਗੈਰਾਂ ਦੇ ਪੁੱਤ ਮਰਵਾਏ ਸੀ ਭਗਵਾਨ ਕ੍ਰਿਸ਼ਨ ਨੇ, ਕਿਉਂਕਿ ਇਹ ਗੱਲ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਕਵੀ ਨੇ ਲਿਖੀ ਹੈ। ਉਹ ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਆਪਣਾ ਨੁਕਸਾਨ ਨਹੀਂ ਸੀ ਕਰਵਾਇਆ, ਗੈਰਾਂ ਦੇ ਪੁੱਤਰ ਮਰਵਾਏ ਸੀ ਕੁਰੂਕਸ਼ੇਤਰ ਦੀ ਲੜਾਈ ਵਿੱਚ ਅਤੇ ਗੀਤਾ ਦਾ ਉਪਦੇਸ਼ ਦਿੱਤਾ ਸੀ। ਲੜਾਇਆ ਸ਼ਾਮ ਨੇ ਸ਼ਿਸ਼ਿਓਂ ਕੋ ਗੀਤਾ ਸੁਣਾ ਕਰ, ਮਗਰ ਰੂਹ ਫੂਕਦੀ ਗੋਬਿੰਦ ਨੇ ਔਲਾਦ ਕਟਾ ਕਰ। ਗੁਰੂ ਨੇ ਆਪਣੇ ਪੁੱਤਰ ਕੁਰਬਾਨ ਕਰਕੇ ਦੂਜਿਆਂ ਵਿੱਚ ਜਜ਼ਬਾ ਭਰਿਆ ਸੀ। ਇਹ ਵਿਲੱਖਣਤਾ ਹੈ ਗੁਰੂ ਦੇ ਅੰਦਰ। ਇਸ ਕਰਕੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਉਹ ਕੰਮ ਹੈ। 33 ਸਿੱਖ ਪਹਿਲੇ ਦਿਨ ਸ਼ਹੀਦ ਹੋ ਗਏ, ਸੂਰਜ ਢਲ ਗਿਆ ਹੈ, ਲੜਾਈ ਬੰਦ ਹੋ ਗਈ, ਅਟਕੋ ਦੀ ਸ਼ਾਮ ਹੋ ਗਈ, ਸੰਧਿਆ ਵੇਲਾ ਹੋਇਆ। 10 ਸਿੱਖ ਸਤਿਗੁਰੂ ਜੀ ਦੇ ਕੋਲ ਬਚੇ ਹਨ, 10 ਸਿੱਖ, ਜਿਹਦੇ ਵਿੱਚ 2 ਪਿਆਰੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਇਹ ਤਾਦਕ 10 ਸਿੱਖਾਂ ਦੀ ਗਿਣਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਕੱਲ੍ਹ ਫਿਰ ਮੈਦਾਨੇ ਜੰਗ ਵਿੱਚ ਜੂਝਾਂਗੇ, ਕੱਲ੍ਹ ਫਿਰ ਮੈਦਾਨੇ ਜੰਗ ਵਿੱਚ ਜੂਝਾਂਗੇ। ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਕਹਿਣ ਲੱਗੇ ਸਤਿਗੁਰੂ ਜੀ ਜੇ ਤੁਸੀਂ ਬਚ ਗਏ ਤਾਂ ਸਾਡੇ ਵਰਗੇ ਲੱਖਾਂ ਸਿੱਖ ਹੋਰ ਪੈਦਾ ਹੋ ਜਾਣਗੇ, ਜੇ ਤੁਸੀਂ ਬਚ ਗਏ ਤਾਂ ਸਾਡੇ ਵਰਗੇ ਲੱਖਾਂ ਸਿੱਖ ਹੋਰ ਪੈਦਾ ਹੋ ਜਾਣਗੇ, ਇਸ ਕਰਕੇ ਸਮਾਂ ਇਸ ਗੱਲ ਦੀ ਮੰਗ ਕਰਦਾ ਕਿ ਤੁਹਾਨੂੰ ਬਚ ਕੇ ਇੱਥੋਂ ਨਿਕਲ ਜਾਣਾ ਚਾਹੀਦਾ, ਇਹ ਸਮੇਂ ਦੀ ਮੰਗ ਹੈ ਸਤਿਗੁਰੂ ਜੀ। ਜੇ ਤੁਸੀਂ ਸ਼ਹੀਦ ਹੋ ਗਏ ਤਾਂ ਪਿੱਛੇ ਕੁਝ ਨਹੀਂ ਬਚੇਗਾ, ਤੁਹਾਡਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਜਿਵੇਂ ਮਰਜ਼ੀ ਇਹ ਅਸੀਂ 5 ਪਿਆਰਿਆਂ ਦੇ ਰੂਪ ਵਿੱਚ ਤੁਹਾਨੂੰ ਹੁਕਮ ਕਰਦੇ ਹਾਂ ਕਿ ਤੁਹਾਨੂੰ ਇੱਥੋਂ ਚਲੇ ਜਾਣਾ ਚਾਹੀਦਾ। ਅੱਧੀ ਰਾਤ ਨੂੰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 3 ਸਿੱਖਾਂ ਨੂੰ ਨਾਲ ਲੈ ਕੇ
ਚਮਕੌਰ ਦੀ ਕੱਚੀ ਗੜੀ ਨੂੰ ਛੱਡ ਕੇ ਗਏ ਸਨ ਅਤੇ ਤਾੜੀ ਮਾਰ ਕੇ ਨਿਕਲੇ ਸਨ, ਲੁੱਕ ਕੇ ਨਹੀਂ ਸਨ ਗਏ। ਗੁਰੂ ਇਤਿਹਾਸ ਕਹਿੰਦਾ ਉੱਥੇ ਤਾੜੀ ਸਾਹਿਬ ਗੁਰਦੁਆਰਾ ਵੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ ਸੀ ਕਿ ਅਸੀਂ ਜਾ ਰਹੇ ਹਾਂ, ਜਿਸ ਦੀ ਹਿੰਮਤ ਹੈ ਉਹ ਪਕੜ ਲਵੇ। ਅੱਧੀ ਕੁਰਾਤ ਨੂੰ ਅੰਧੇਰੀ ਰਾਤ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਚਮਕੌਰ ਤੋਂ ਮਾਛੀਵਾੜੇ ਨੂੰ ਹੋ ਤੁਰੇ ਸਨ। ਭਾਈ ਦਇਆ ਸਿੰਘ ਨੇ ਬੇਨਤੀ ਕੀਤੀ ਸੀ, ਕਹਿਣ ਲੱਗਾ ਸਤਿਗੁਰੂ ਜੀ ਜਦੋਂ ਅਨੰਦਪੁਰ ਤੋਂ ਚੱਲੇ ਸਾਂ ਗਿਣਤੀ 500 ਸੀ ਅਤੇ ਹੁਣ ਤੁਹਾਡੇ ਨਾਲ ਤੁਰਨ ਲੱਗੇ ਹਾਂ ਅਤੇ ਗਿਣਤੀ 3 ਹੈ, 3 ਹੀ ਸਿੱਖ ਸਨ। ਕਹਿੰਦਾ ਸਤਿਗੁਰੂ ਜੀ ਹੁਣ ਵਿਛੜਾਂਗੇ ਅਤੇ ਲੱਗਦਾ ਸਾਡੇ ਨਾਲ ਤੁਹਾਡਾ ਮੇਲ ਨਹੀਂ ਹੋਏਗਾ। ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਆਕਾਸ਼ ਵਿੱਚ ਇੱਕ ਤਾਰਾ ਚਮਕ ਰਿਹਾ ਸੀ, ਸਤਿਗੁਰੂ ਜੀ ਨੇ ਤਾਰੇ ਵੱਲ ਇਸ਼ਾਰਾ ਕੀਤਾ ਸੀ, ਭਾਈ ਦਇਆ ਸਿੰਘ ਇਸ ਤਾਰੇ ਦੀ ਸੇਧ 'ਤੇ ਤੁਰਿਆ ਆਉਣਾ, ਦਿਨ ਚੜ੍ਹਦਿਆਂ ਤੱਕ ਅਵਸ਼ ਸਾਡੇ ਨਾਲ ਤੁਹਾਡਾ ਮੇਲ ਹੋ ਜਾਏਗਾ। ਅਵਸ਼ 3 ਸਿੱਖਾਂ ਦਾ ਵਿਛੋੜਾ ਵਾਕਿਆ ਪੈ ਗਿਆ ਸੀ, ਅੰਧੇਰੀ ਰਾਤ ਸੀ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਮਾਨ ਸਿੰਘ ਇੱਕ ਪਾਸੇ, ਗੁਰੂ ਗੋਬਿੰਦ ਸਿੰਘ ਜੀ ਇਕੱਲੇ ਇੱਕ ਪਾਸੇ ਹੋ ਗਏ ਸਨ। 1 ਕਿਲੋਮੀਟਰ ਦੀ ਦੂਰੀ 'ਤੇ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਰਾਏਪੁਰ। ਚਮਕੌਰ ਸਾਹਿਬ ਦੇ ਨੇੜੇ ਮਾਛੀਵਾੜੇ ਨੂੰ ਜਾਣ ਲੱਗੇ ਹਾਂ। ਜਿਹੜਾ ਸਭ ਤੋਂ ਪਹਿਲਾ ਪੜਾਓ ਹੈ ਇਸ ਰਾਏਪੁਰ ਪਿੰਡ ਵਿੱਚ ਬੀਬੀ ਸ਼ਰਨ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਿਲਣਾ ਕੀਤਾ ਸੀ। ਕਹਿਣ ਲੱਗੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ, ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਨੇ, ਲੱਖਾਂ ਫੌਜਾਂ ਨੇ ਚਮਕੌਰ ਨੂੰ ਘੇਰਿਆ ਹੋਇਆ ਹੈ, ਅਸੀਂ ਬਚ ਕੇ ਨਿਕਲ ਗਏ ਹਾਂ, ਸਾਡੇ ਤੋਂ ਬਾਅਦ ਸਿੱਖਾਂ ਅਤੇ ਸਾਹਿਬਜ਼ਾਦਿਆਂ ਦੀ ਜਿਹੜੀ ਅੰਤਿਮ ਰਸਮ ਹੈ ਉਹ ਤੁਸੀਂ ਕਰਨੀ ਹੈ, ਤੁਸੀਂ ਕਰਨੀ। ਅਗਲੀ ਰਾਤ ਕਹਿੰਦੇ ਬੀਬੀ ਸ਼ਰਨ ਕੌਰ ਨੇ ਭੇਸ ਵਟਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਲਾਸ਼ਾਂ ਪਈਆਂ ਹੋਈਆਂ ਸਨ ਚਮਕੌਰ ਦੀ ਧਰਤੀ 'ਤੇ, ਉਹ ਚੁੱਕ ਚੁੱਕ ਕੇ ਚੁਣ ਚੁਣ ਕੇ ਵਿੱਚੋਂ ਪਹਿਚਾਣ ਕਰਕੇ ਸਿੱਖਾਂ ਅਤੇ ਸਾਹਿਬਜ਼ਾਦਿਆਂ ਨੂੰ ਇੱਕ ਚਿਖਾ 'ਤੇ ਰੱਖ ਕੇ ਅਗਨ ਭੇਟ ਕੀਤਾ ਸੀ। ਜਦੋਂ ਲਾਂਗੂ ਲਾਇਆ ਸੀ ਅਤੇ ਸ਼ਾਹੀ ਫੌਜਾਂ ਨੇ ਧਾਵਾ ਬੋਲਿਆ ਸੀ ਅਤੇ ਬਹੁਤ ਸਮਾਂ, ਗੁਰੂ ਇਤਿਹਾਸ ਕਹਿੰਦਾ ਇਹ ਬੀਬੀ ਸ਼ਰਨ ਕੌਰ ਇਕੱਲੀ ਜੂਝਦੀ ਰਹੀ, ਇਕੱਲੀ ਜੂਝਦੀ ਰਹੀ, ਅਖੀਰ ਵਿੱਚ ਉਸੇ ਚਿਖਾ ਵਿੱਚ ਸੜ ਕੇ ਉਹਨੇ ਵੀ ਪ੍ਰਾਣ ਦੇ ਦਿੱਤੇ ਸਨ। ਇਹ ਰਾਏਪੁਰ ਪਿੰਡ ਚਮਕੌਰ ਤੋਂ 1 ਕੋਹ ਦੀ ਦੂਰੀ 'ਤੇ ਹੈ, ਮਾਛੀਵਾੜੇ ਦੇ ਰਸਤੇ ਵਿੱਚ ਆਉਂਦਾ ਹੈ। ਇੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਚੱਲ ਕੇ ਇੱਕ ਹੋਰ ਗੁਰਦੁਆਰਾ ਹੈ 3-4 ਕੋਹ ਦੀ ਦੂਰੀ 'ਤੇ, ਉਹਦਾ ਨਾਮ ਹੈ ਜੰਡ ਸਾਹਿਬ। ਜੰਡ ਸਾਹਿਬ ਇੱਥੇ ਇੱਕ ਖੂਹ ਵੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇੱਥੇ ਪਹੁੰਚੇ ਸਨ, ਜਿਵੇਂ ਗੁਰੂ ਇਤਿਹਾਸ ਵਿੱਚ ਲਿਖਿਆ ਹੋਇਆ ਨਾ, ਇਸ ਖੂਹ ਦੇ ਕਿਨਾਰੇ ਜੰਡ ਦੇ ਥੱਲੇ ਸਤਿਗੁਰੂ ਜੀ ਆਰਾਮ ਕਰ ਰਹੇ ਸਨ। ਚੰਦਰਮਾ ਵੀ ਚੜ੍ਹ ਆਇਆ ਸੀ, ਚਾਨਣੀ ਰਾਤ ਹੋ ਗਈ ਸੀ। ਇੱਥੇ ਪਹੁੰਚਦਿਆਂ ਪਹੁੰਚਦਿਆਂ ਰਾਤ ਕਾਫੀ ਢਲ ਚੁੱਕੀ ਸੀ, 2 ਗੁਜਰ ਲੋਕ ਆਪਣੀਆਂ ਮੱਝਾਂ ਲੱਭਦੇ ਫਿਰਦੇ ਸਨ। ਅੱਜ ਵੀ ਜਾਈਏ ਨਾ ਰੋਪੜ ਦੇ ਲੁਧਿਆਣੇ ਦੇ ਇਲਾਕੇ ਵਿੱਚ, ਮਾਛੀਵਾੜੇ ਦੇ ਇਲਾਕੇ ਵਿੱਚ ਗੁਜਰ ਲੋਕ ਬਹੁਤ ਰਹਿੰਦੇ ਨੇ ਜਿਹੜੇ ਮੱਝਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਨੇ, ਗੁਜਰ ਬੰਦੇ। ਸਤਿਗੁਰੂ ਜੀ ਨੇ ਉੱਚੀ ਆਵਾਜ਼ ਦੇ ਕੇ ਪੁੱਛਿਆ ਸੀ ਭਾਈ ਤੁਸੀਂ ਕੌਣ ਹੋ? ਕਹਿਣ ਲੱਗੇ ਸਾਡੀ ਮੱਝ ਗੁਆਚ ਗਈ ਹੈ ਅਤੇ ਅਸੀਂ ਮੱਝ ਲੱਭਦੇ ਫਿਰਦੇ ਹਾਂ, ਤੁਸੀਂ ਗੁਰੂ ਜੀ ਹੋ? ਕਿਉਂਕਿ ਸਾਰੇ ਇਲਾਕੇ ਵਿੱਚ ਪਤਾ ਲੱਗ ਚੁੱਕਾ ਸੀ। ਕਹਿਣ ਲੱਗੇ ਠੀਕ ਹੀ ਪਹਿਚਾਣ ਕੀਤੀ ਹੈ, ਬੜਾ ਕੀਮਤੀ ਇੱਕ ਖੰਜਰ ਹੀਰਿਆਂ ਦੇ ਨਾਲ ਜੜਿਆ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹਨਾਂ 2 ਗੁਜਰਾਂ ਨੂੰ ਦਿੱਤਾ ਸੀ। ਕਹਿਣ ਲੱਗੇ ਘਰ ਮੁੜ ਜਾਓ, ਚਮਕੌਰ ਵੱਲ ਜਾ ਕੇ ਇਹ ਖਬਰ ਨਾ ਦੇਣਾ ਕਿ ਅਸੀਂ ਇੱਥੇ ਹਾਂ, ਇਹਨਾਂ ਦੇ ਦਿਲ ਵਿੱਚ ਖੋਟ ਸੀ। ਕਹਿਣ ਲੱਗੇ ਗੁਰੂ ਕੋਲੋਂ ਤਾਂ ਖੰਜਰ ਮਿਲ ਹੀ ਗਿਆ ਹੈ, ਕੀਮਤੀ ਹੀਰੇ ਮੋਤੀਆਂ ਨਾਲ ਜੜਿਆ ਹੋਇਆ, ਜਾ ਕੇ ਸੂਬਾ ਸਰਹੰਦ ਨੂੰ ਦੱਸਦੇ ਹਾਂ, ਉੱਥੋਂ ਵੀ ਇਨਾਮ ਪ੍ਰਾਪਤ ਕਰਾਂਗੇ।
सतगुरु जी ने जो देखिया ना इन्हों के मन में खोट है, दिल में खोट है, इन्हों फिर आवाज मारी। ये पिछे मुड़ के फिर जो गुरु के कोल आए ना, कवि संतोख सिंह जी ने लिखिए, गुरु गोबिंद सिंह जी ने उल्टे हाथ का एक एक चमाटा दोवां दे मूँह ते मारिया। ऐसा मूँह ते चमाटा वजा इन्हां दे मूँह खुले दे खुले ही रह गए। वो जिहड़ी जबान ने चुगली करनी सी ना जाके वजीदे कोल के गुरु जी उस जंड दे थले, वो जबान बोलन तो रहत हो गई। इहो जिहा इतिहास है कलगीधर पिता गुरु गोबिंद सिंह साहिब महाराज जी माछीवाड़े के जंगलों में पहुँचे। रस्ते में होर भी कई थावां ते सतगुरु जी ने पड़ाव किया, जिवें झाड़ साहब गुरद्वारा है। चलते चलते सतगुरु जी माछीवाड़े के उस जंगल में पहुँचे जिथे दो मसंद जिहड़े आनंदपुर विखे कार भेटा लैके जाया करते सन, जिसका नाम गुलाबा ते पंजाबा करके इतिहास ने लिखे है। ये खूह ते कलगीधर पातशाह जी पहुँच गए सन प्रभात वेले। खूह की टिंड का सराहना ला के सतगुरु जी सुते हुए सन, खूह की टिंड का सराहना ला के। जदों दिन चढ़िया है ना, प्रभात वेला होया है, कहिंदे ने अगले ही रात, एक रात ते सारी राह विच रहे, पूरा दिन भी सतगुरु जी ने कई थावां ते पड़ाव किया। उस तो अगली रात प्रभात वेले गुरु गोबिंद सिंह जी ये जिहड़े तीन सिख सन, भाई दया सिंह, धर्म सिंह ते मान सिंह, उन्हां दे नाल सतगुरु जी का मेल होया सी। ये गुलाबा ते पंजाबा गुरु गोबिंद सिंह जी नूं हथ जोड़ के बेनती करके अपने घर लै गए सन। इन्हां दे बारे भी गुरु इतिहास ने जिक्र किया है कि एक पासे सैयद का घर सी, एक पासे पंडित का घर सी, विचाले गुलाबे का घर सी। ये कंब गया, ये डर गया, कहिंदा मैं ते मौत नूं आप ही घर सद लिया है, क्योंकि आप बेनती करके गुरु गोबिंद सिंह जी नूं घर लै गया सी। बड़ा डरिया होया सी, बड़ा घबराया होया सी कि जे कितें सैयद नूं पता लग गया कि सूबा सरहंद नूं जाके शिकायत कर देवेगा, परिवार समेत मैनू मौत दे घाट उतार दिता जाएगा। अद्धी कु रात नूं पलंगे उत्ते सुते हुए कलगीधर पातशाह जी दे पैरां वाले पासे तो पकड़ के हिलाया, सतगुरु जी उठ के बैठ गए। कहन लगे, गुलाबिया, अद्धी रात दा समां है, असी थके टुटे हाँ, आराम करना है, तू सानू क्यों बिठा दिता उठा के। कहिंदे ने पंज मोहरां गुरु दे चरणां विच रख के मत्था टेकिया, इहदा इशारा सी कि तुसी मेरे घरों चले जाओ, खतरे तो खाली नहीं है, जे पता लग गया परिवार समेत मैनू मौत दे घाट उतार दिता जाएगा। एक गल आखी गुरु गोबिंद सिंह साहिब महाराज जी ने गुलाबे मसंद नूं, कहन लगे जिसका गुरु डाढ़ा होवे ना, डाढ़ा कहिंदे ने कला वाला, शक्ति वाला, वो अपने सिख दा वाल विंगा नहीं होण दिंदा। तत्ती वाह नहीं तैनू लगेगी, तू भरोसा कर, तेरा कुछ नहीं विगड़ेगा। गुरु गोबिंद सिंह साहिब महाराज जी ने जिहड़े बोल आखे सन, जे गुर डाढ़े ते सिख डाढ़े, लगन ना पावे तत्ती वाए। गुलाबिया, तैनू डरना नहीं चाहिए, तैनू तत्ती वाह नहीं लगन देंगे। पर इन्हें बेनती की, कहिंदा सतगुरु जी मैं माड़ो किम होए ना बचाए। जदों देखिया भी ये डोलिया होया, सतगुरु जी इहदे घरों उठ के गनी खां ते नबी खां दे चले घर चले गए सन। ये गनी खां ते नबी खान मुसलमान सन, ये घोड़ियां दे वपारी सन। काबुल कंधार तो अरबी घोड़े खरीद के आनंदपुर लिया के गुरु नूं वेचिया करदे सन। इन्हां दी बड़ी पुरानी सांझ सी, इन्हां दे घर गुरु गोबिंद सिंह जी चले गए, जिन्हां ने बाद विच सतगुरु जी नूं उच्च दे पीर दे रूप विच पलंगे ते अगों हो के चुकिया सी। अगले पासिओं ये पलंगा गनी खां ते नबी खां दो भरावां ने चुकिया, पिछले पासिओं पलंगे नूं चुकण वाले दो सिख भाई धर्म सिंह ते मान सिंह सन।
ਕਲਗੀਧਰ ਪਾਤਸ਼ਾਹ ਜੀ ਦੇ ਉੱਪਰ ਚੌਰ ਦੀ ਸੇਵਾ ਮੋਰ ਦੇ ਖੰਭਾਂ ਦੇ ਨਾਲ ਕਰ ਰਹੇ ਸਨ ਭਾਈ ਦਇਆ ਸਿੰਘ। ਉੱਚ ਦੇ ਪੀਰ ਦੇ ਰੂਪ ਵਿੱਚ ਸਤਿਗੁਰੂ ਜੀ ਨੂੰ ਕਈ ਥਾਵਾਂ 'ਤੇ ਪੜਾਵ ਕਰਦਿਆਂ ਕਰਦਿਆਂ ਆਲਮਗੀਰ ਦੇ ਅਸਥਾਨ 'ਤੇ ਛੱਡ ਕੇ ਆਏ ਸਨ। ਇੱਥੋਂ ਫਿਰ ਸਤਿਗੁਰੂ ਜੀ ਘੋੜੇ 'ਤੇ ਅਸਵਾਰ ਹੋਏ ਸਨ। ਗਨੀ ਖਾਂ ਅਤੇ ਨਵੀ ਖਾਂ ਨੂੰ ਸਤਿਗੁਰੂ ਜੀ ਨੇ ਹੁਕਮਨਾਮਾ ਲਿਖ ਕੇ ਵਾਪਸ ਭੇਜਿਆ ਸੀ। ਉਹ ਹੁਕਮਨਾਮਾ ਮਾਛੀਵਾੜੇ ਵਿਖੇ ਅੱਜ ਵੀ ਹੈ, ਗਨੀ ਖਾਂ ਅਤੇ ਨਵੀ ਖਾਂ ਦੇ ਘਰ ਹੈ। ਉਹਦੇ ਵਿੱਚ ਲਿਖਿਆ ਹੈ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਤਾਕੀਦ ਕੀਤੀ ਹੈ ਕਿ ਇਹ ਗਨੀ ਖਾਂ ਅਤੇ ਨਵੀ ਖਾਂ ਸਾਡੇ ਪੁਰਾਣਾਂ ਤੋਂ ਵੀ ਪਿਆਰੇ ਸਿੱਖ ਹਨ, ਪੁਰਾਣਾਂ ਤੋਂ ਵੀ ਪਿਆਰੇ ਹਨ। ਇਹਨਾਂ ਨੇ ਮੌਤ ਦੀ ਪਰਵਾਹ ਨਹੀਂ ਕੀਤੀ, ਸਿਰ ਤਲੀ 'ਤੇ ਰੱਖ ਕੇ ਸਾਡੀ ਸੇਵਾ ਕੀਤੀ ਹੈ। ਸੋ ਐਸੇ ਬਹੁਤ ਸਾਰੇ ਮੁਸਲਮਾਨ ਵੀ ਸਨ ਜਿਨ੍ਹਾਂ ਦਾ ਗੁਰੂ ਘਰ ਉੱਤੇ ਬਹੁਤ ਵੱਡਾ ਨਿਸ਼ਚਾ ਸੀ, ਅਕੀਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇਹ ਇਤਿਹਾਸ ਬੜਾ ਗੌਰਵਮਈ ਹੈ। ਚਮਕੌਰ ਦੀ ਗਾਥਾ ਬੜੀ ਮਹਾਨ ਹੈ, ਬਸ ਹਿੰਦ ਮੇਂ ਏਕ ਹੀ ਤੀਰਥ ਹੈ, ਯਾਤਰਾ ਕੇ ਲੀਏ ਜਹਾਂ ਬਾਪ ਨੇ ਬੇਟੇ ਕਤਲ ਕਰਾਏ, ਖੁਦਾ ਕੇ ਲੀਏ, ਖੁਦਾ ਦਾ ਭਾਵ ਹੈ ਖਲਕ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬੜਾ ਲੰਬੇਰਾ ਇਤਿਹਾਸ ਹੈ। 42 ਸਾਲ ਦੀ ਉਮਰ ਹੈ, 42 ਸਾਲ ਦੀ ਉਮਰ ਵਿੱਚ 14 ਲੜਾਈਆਂ ਲੜੀਆਂ ਨੇ ਅਤੇ ਸਾਰੀਆਂ ਲੜਾਈਆਂ ਵਿੱਚ ਸਤਿਗੁਰੂ ਜੀ ਦੀ ਜਿੱਤ ਹੋਈ ਹੈ। ਇਹ ਵਾਕ ਅੱਲਾ ਯਾਰ ਖਾਂ ਜੋਗੀ ਦੇ ਗੂੰਜਦੇ ਰਹਿਣਗੇ, ਜਿਹੜੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਾਸਤੇ ਜਿਹੜੇ ਬੋਲ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਨੂੰ ਆਖੇ ਸਨ, ਜਿਸ ਖਿੱਤੇ ਪੇ ਆਨਾ ਥਾ ਯੇ ਵਹੀ ਹੈ, ਕੱਲ੍ਹ ਲੁੱਟ ਕੇ ਜਿਸ ਜਹਾਂ 'ਤੇ ਜਾਣਾ ਹੈ ਯੇ ਵਹੀ ਹੈ, ਬੱਚੋਂ ਕੋ ਜਿਸ ਜਗ੍ਹਾ 'ਤੇ ਕਟਾਉਣਾ ਯੇ ਵਹੀ ਹੈ, ਮੱਟੀ ਕਹਿ ਦਿੱਤੀ ਹੈ ਯੇ ਠਿਕਾਣਾ ਵਹੀ ਹੈ। ਇਹ ਚਮਕੌਰ ਦੀ ਦਾਸਤਾਨ ਹੈ, ਸਮਾਂ ਸਮਾਪਤ ਹੋਇਆ। ਗੁਰੂ ਇਤਿਹਾਸ ਦੇ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਤਿ ਸੰਗਤ ਗੁਰੂ ਸਾਹਿਬਾਨ ਬਖਸ਼ਯੋਗ ਬਖਸ਼ ਦੇਣਾ ਜੀ, ਪਾਵਨ ਪਵਿੱਤਰ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।